ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਅੱਜ ਆਪਾਂ ਗੱਲ ਕਰਾਂਗੇ ਜਰਮਨ ਦੇ ਵਿੱਚ ਤੁਸੀਂ ਜੋਬ ਸੇਵਾ ਕਿੱਦਾਂ ਲੱਭ ਸਕਦੇ, ਕੰਮ ਕਿੱਦਾਂ ਲੱਭ ਸਕਦੇ, ਕਿਉਂਕਿ ਕਾਫੀ ਜਾਣੇ ਤੁਹਾਡੇ 'ਚ ਹੋਣਗੇ ਜਿਹੜੇ ਇੰਡੀਆ ਤੋਂ ਨਵੇਂ ਆਏ ਜਰਮਨ ਦੇ ਵਿੱਚ, ਜਾਂ ਤੁਸੀਂ ਸਟੂਡੈਂਟ ਆ, ਜਾਂ ਤੁਸੀਂ ਕਿਸੇ ਕੰਟਰੀ ਤੋਂ ਸ਼ਿਫਟ ਹੋਏ ਆ ਜਰਮਨ ਦੇ ਵਿੱਚ, ਤੁਸੀਂ ਕੰਮ ਲੱਭ ਰਹੇ ਆ, ਤੁਹਾਨੂੰ ਪ੍ਰੋਬਲਮਸ ਆਉਂਦੀਆਂ, ਮੈਂ ਤੁਹਾਨੂੰ ਕੁਛ ਟਿਪਸ ਦੱਸੂੰਗਾ ਅੱਜ, ਉਹ ਜੇ ਟਿਪਸ ਤੁਸੀਂ ਫੋਲੋ ਕਰੋਗੇ ਤੁਸੀਂ 100 ਚੋਂ 100% ਜਿਹੜਾ ਕੰਮ ਲੱਭ ਸਕਦੇ ਹੋ, ਠੀਕ ਹੈ। ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਮੇਰਾ ਚੈਨਲ ਹੈਗਾ ਮਿਸਟਰ ਗੁਰਜਿੰਦਰ ਸਿੰਘ, ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਥੈਂਕਸ, ਜਿਨ੍ਹਾਂ ਨੇ ਨਹੀਂ ਕੀਤਾ ਕਰ ਲੈਣ, ਕਿਉਂਕਿ ਮੈਂ ਜਰਮਨ ਦੇ ਵਿੱਚ ਰਹਿੰਦਾ, ਮੇਰੀ ਇਹੀ ਕੋਸ਼ਿਸ਼ ਹੁੰਦੀ ਜੋ ਵੀ ਇੱਥੇ ਦੀ ਰਿਐਲਿਟੀ ਆ ਮੈਂ ਤੁਹਾਨੂੰ ਦੱਸਾਂ, ਤੁਹਾਡੀ ਹੈਲਪ ਕਰ ਸਕਾਂ, ਠੀਕ ਹੈ। ਹੁਣ ਮੈਂ ਸ਼ੁਰੂ ਕਰਦਾ ਵੀਡੀਓ। ਆਪਣੇ 'ਚ ਕਾਫੀ ਜਾਣੇ ਹੋਣਗੇ ਨੇ ਜਿਨ੍ਹਾਂ ਨੂੰ ਲੈਂਗੁਏਜ ਦੀ ਪ੍ਰੋਬਲਮ ਆਉਂਦੀ, ਜਾਂ ਜਰਮਨ ਦੇ ਵਿੱਚ ਆਏ ਜਰਮਨ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਆ, ਜਾਂ ਕਈਆਂ ਨੂੰ ਇੰਗਲਿਸ਼ ਦੀ ਵੀ ਪ੍ਰੋਬਲਮ ਆਉਂਦੀ, ਇੰਗਲਿਸ਼ ਵੀ ਨਹੀਂ ਆਉਂਦੀ, ਠੀਕ ਹੈ। ਉਹਨਾਂ ਵਾਸਤੇ ਵੀ ਮੈਂ ਟਿਪਸ ਦੱਸੂੰਗਾ ਤੁਹਾਨੂੰ, ਅਤੇ ਜਿਹੜੇ ਜਾਣਦੇ ਨੇ ਲੈਂਗੁਏਜ ਇੰਗਲਿਸ਼ ਆਉਂਦੀ ਆ ਜਾਂ ਜਰਮਨ ਆਉਂਦੀ, ਉਹਨਾਂ ਬਾਰੇ ਵੀ ਮੈਂ ਤੁਹਾਨੂੰ ਟਿਪਸ ਦੱਸੂੰਗਾ। ਹੁਣ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਬਣਾਉਣੀ ਹੈ ਜਰਮਨ ਦੇ ਵਿੱਚ ਲਿਮਸਲੋਫ, ਜਿਹਨੂੰ ਲਿਮਸਲੋਫ ਕਹਿੰਦੇ ਆਪਾਂ, ਜਿਹਨੂੰ ਆਪਾਂ ਸੀ ਵੀ ਕਹਿ ਦਿੰਦੇ। ਸੀ ਵੀ ਤੁਸੀਂ ਆਪਣੇ ਬਾਰੇ ਜਿਹੜੇ ਆ ਬਣਾਉਣਾ, ਵੀ ਤੁਸੀਂ ਐਕਸਪੀਰੀਅੰਸ ਕੀ ਆ, ਕੀ ਕੀਤਾ ਪਹਿਲਾਂ, ਜੋ ਵੀ ਆ ਉਹ ਸਭ ਕੁਝ ਤੁਸੀਂ ਲਿਖਣਾ, ਠੀਕ ਆ। ਤੁਸੀਂ ਲੈਣੀ ਹੈ ਇੱਕ ਪ੍ਰੋਫੈਸ਼ਨਲ ਫੋਟੋ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਸਪੋਰਟ ਸਾਈਜ਼ ਫੋਟੋ ਲੈਣੀ ਆ। ਪਾਸਪੋਰਟ ਸਾਈਜ਼ ਫੋਟੋ ਲਾ ਕੇ ਉਹਦੇ ਥੱਲੇ ਤੁਸੀਂ ਲਿਖਣੀ ਆਪਣੀ ਈਮੇਲ, ਫੋਨ ਨੰਬਰ, ਜੋ ਵੀ ਆ ਤੁਹਾਡਾ ਲਿਖ ਕੇ ਐਡਰੈਸ, ਉਹ ਤੋਂ ਥੱਲੇ ਤੁਸੀਂ ਲਿਖਣਾ ਹੈ ਵੀ ਮੈਂ ਆਹ ਕੀਤਾ, ਮੈਨੂੰ ਆਹ ਐਕਸਪੀਰੀਅੰਸ ਆ, ਮੈਂ ਇੰਨਾ ਚਿਰ ਆਹ ਕੀਤਾ। ਜੇ ਤੁਸੀਂ ਨਹੀਂ ਵੀ ਕੀਤਾ ਉਹ ਵੀ ਲਿਖ ਦਿਓ, ਜੇ ਕੀਤਾ ਤਾਂ ਉਹ ਵੀ ਲਿਖ ਦਿਓ, ਜੇ ਨਹੀਂ ਕੀਤਾ ਤਾਂ ਲਿਖ ਦਿਓ ਵੀ ਮੈਂ ਕੁਛ ਨਹੀਂ ਪਹਿਲਾਂ ਕੀਤਾ, ਮੈਂ ਕੁਆਰ ਅੰਸ਼ਟਾਈਗਾ। ਕੁਆਰ ਅੰਸ਼ਟਾਈਗਾ ਕਹਿੰਦੇ ਇੱਥੇ ਵੀ ਜਿਹੜਾ ਨਵਾਂ, ਜਿਹਨੂੰ ਨਹੀਂ ਪਤਾ, ਠੀਕ ਆ। ਤੁਸੀਂ ਜਿਹੜੇ ਸਿੱਖਣਾ ਚਾਹੁੰਦੇ ਨੇ ਨਵੇਂ ਨੇ, ਉਹਨਾਂ ਵਾਸਤੇ ਵੀ ਆ, ਠੀਕ ਆ। ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਗੱਲ ਆ, ਤੁਸੀਂ ਇਹ ਕੋਸ਼ਿਸ਼ ਦੇਖਣਾ ਪਹਿਲਾਂ ਵੀ ਤੁਸੀਂ ਕਿੱਥੇ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਆਪਣੀਆਂ ਐਡ ਦੇਣੀ ਆ, ਠੀਕ ਆ। ਮੰਨ ਲਓ ਤੁਸੀਂ ਰੈਸਟੋਰੈਂਟ 'ਚ ਦੇਣੀ ਆ, ਫੈਕਟਰੀ 'ਚ ਦੇਣੀ ਆ, ਕਿਸੇ ਫੈਸ਼ਨ ਸ਼ੋਪ ਦੇ ਵਿੱਚ ਦੇਣੀ ਆ, ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ, ਠੀਕ ਆ। ਜੇ ਤੁਸੀਂ ਫੈਕਟਰੀ 'ਚ ਦੇਣੀ ਆ, ਥੱਲੇ ਲਿਖੋ ਵੀ ਮੈਂ ਫੈਕਟਰੀ ਦੀ ਹੈਲਪ ਵਾਸਤੇ ਕੰਮ ਲੱਭ ਰਿਹਾ, ਫੈਕਟਰੀ 'ਚ ਕਿਤੇ ਵੀ ਹੈਲਪ ਦੀ ਲੋੜ ਹੋਵੇ ਮੈਂ ਹੈਲਪਰ ਦਾ ਕੰਮ ਜਿਹੜਾ ਕਰਨ ਨੂੰ ਤਿਆਰ ਹਾਂ, ਉਹਦੇ ਉੱਤੇ ਥੱਲੇ ਸਭ ਤੋਂ ਥੱਲੇ ਲਿਖਣਾ ਜਿਹੜਾ ਤੁਸੀਂ, ਠੀਕ ਆ। ਉਹ ਸਭ ਕੁਝ ਲਿਖ ਕੇ ਆਪਣੇ ਬਾਰੇ ਤੁਸੀਂ ਕਿਹੜਾ ਤੁਹਾਨੂੰ ਐਕਸਪੀਰੀਅੰਸ, ਕਿਹੜਾ ਨਹੀਂ ਹੋ, ਜੋ ਵੀ ਉਹਦੇ ਥੱਲੇ ਤੁਸੀਂ ਲਿਖਣਾ ਵੀ ਤੁਸੀਂ ਐਜ਼ ਏ ਕਿਹੜੀ ਜੋਬ ਲੱਭ ਰਹੇ ਹੋ, ਹੈਲਪ ਦੀ ਜਾਂ ਕੋਈ ਵੀ, ਉਹ ਲਿਖ ਕੇ ਉਹ ਤੋਂ ਬਾਅਦ 'ਚ ਤੁਸੀਂ ਕੀ ਕਰਨਾ, ਤੁਸੀਂ ਇੱਕ ਸੀ ਵੀ ਤਿਆਰ ਹੋ ਗਈ, ਤੁਸੀਂ ਇਹੀ ਆ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਪਰਸਨਲ ਜਾਓ। ਪਰਸਨਲ ਕੰਟੈਕਟ ਬਹੁਤ ਹੀ ਜ਼ਰੂਰੀ ਨੇ ਤੁਹਾਡਾ, ਪਰਸਨਲ ਜਿੱਥੇ ਉਹਨਾਂ ਦੇ ਆਫਿਸ ਬਣੇ ਉੱਥੇ ਜਾਓ, ਉਹਨਾਂ ਦੇ ਕੋਲ ਜਾਓ ਅਤੇ ਉਹਨਾਂ ਨੂੰ ਪਰਸਨਲ ਮਿਲੋ, ਅਤੇ ਕਾਫੀ ਜਾਣੀਆਂ ਜਿਹੜੀਆਂ ਆਪਸ਼ਨ ਨੇ ਜਿਹੜੀਆਂ ਉਹਦਾ ਬੈਨੀਫਿਟ ਹੋ ਜਾਂਦਾ। ਜਿੱਦਾਂ ਲਾ ਲਓ ਤੁਸੀਂ ਪਰਸਨਲ ਜਾਂਦੇ ਹੋ, ਉਹਨਾਂ ਨੂੰ ਮਿਲਦੇ ਆ, ਜਾਂ ਰੈਸਟੋਰੈਂਟ ਆ ਜਾਂ ਫੈਕਟਰੀ ਆ ਜਾਂ ਫੈਸ਼ਨ ਸ਼ੋਪ ਆ, ਕਈ ਵਾਰੀ ਹੁੰਦਾ ਵੀ ਬੰਦਾ ਉਹਨਾਂ ਨੂੰ ਉਸੇ ਵੇਲੇ ਹੀ ਐਟ ਏ ਟਾਈਮ ਜਿਹੜਾ ਬੰਦਾ ਚਾਹੀਦਾ ਹੁੰਦਾ, ਜਦੋਂ ਤੁਸੀਂ ਜਾਓਗੇ ਉਹਨਾਂ ਨੂੰ ਆਪਣੀ ਸੀ ਵੀ ਦਊਂਗੇ, ਆਪਣੀ ਉਹਨਾਂ ਨੂੰ ਜਿਹੜੀ ਆਪਣੀ ਐਡ ਦਊਂਗੇ ਵੀ ਹਾਂ ਵੀ ਅਸੀਂ ਆਹ ਕੰਮ ਲੱਭਦੇ। ਹੋ ਸਕਦਾ ਉਹ ਮੂਮੈਂਟ 'ਤੇ ਉੱਥੇ ਮਾਲਕ ਹੋਵੇ ਅਤੇ ਮਾਲਕ ਕਹੂਗਾ ਵੀ ਹਾਂ ਵੀ ਆ ਜਾ, ਅਤੇ ਤੁਹਾਡੀ ਜਿਹੜੀ ਅਪੁਆਇੰਟਮੈਂਟ ਤੋਂ ਬਿਨਾਂ ਜਿਹੜੀ ਤੁਹਾਡੀ ਮਾਲਕ ਨਾਲ ਗੱਲ ਹੋ ਸਕਦੀ, ਮਾਲਕ ਕਹੂਗਾ ਵੀ ਹਾਂ ਵੀ ਸਾਨੂੰ ਐਜ਼ ਏ ਟਾਈਮ ਉਸ ਚਾਹੀਦਾ ਸਾਨੂੰ ਜਿਹੜਾ ਕੰਮ ਕਰਨ ਵਾਲਾ ਬੰਦਾ, ਠੀਕ ਹੈ। ਹੋ ਸਕਦਾ ਤੁਹਾਡਾ ਫਾਇਦਾ ਹੋ ਜਾਵੇ, ਤੁਸੀਂ ਉਸ ਵੇਲੇ ਜਿਹੜਾ ਕੰਮ ਸ਼ੁਰੂ ਕਰ ਸਕਦੇ, ਤੁਹਾਡਾ ਇਹ ਫਾਇਦਾ ਪਰਸਨਲ ਜਾਣ ਦਾ, ਅਤੇ ਤੁਸੀਂ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਤੁਸੀਂ ਵੱਖਰੀਆਂ ਵੱਖਰੀਆਂ ਤੁਸੀਂ ਜਿੱਦਾਂ 5, 7, 8, 10 ਸੀਵੀਆਂ ਤਿਆਰ ਕਰ ਲੈਣੀਆਂ, ਐਡਸ ਤਿਆਰ ਕਰ ਲੈਣੀਆਂ। ਤੁਹਾਨੂੰ ਮੈਂ ਹੁਣ ਜ਼ਰੂਰੀ ਗੱਲ ਦੱਸਣਾ ਚਾਹੁੰਦਾ, ਕਾਫੀ ਜਾਣੇ ਨੇ ਜਿਹੜੇ ਇਹ ਗਲਤੀ ਕਰਦੇ ਨੇ। ਕੀ ਹੁੰਦਾ, ਤੁਸੀਂ ਇੱਕ ਜਿਹੜਾ ਤੁਸੀਂ ਐਡ ਕੀਤੀ ਆ, ਆਪਣੀ ਐਡ ਤਿਆਰ ਕੀਤੀ ਆ, ਉਹ ਜਿਹੜੇ ਰੈਸਟੋਰੈਂਟ ਵਾਸਤੇ ਤੁਸੀਂ ਐਡ ਤਿਆਰ ਕੀਤੀ ਆ, ਤੁਸੀਂ ਉਹੀ ਐਡ ਲੈ ਕੇ ਅਤੇ ਫੈਕਟਰੀ ਦੇ ਵਿੱਚ ਦੇ ਦਿੰਦੇ। ਜਦੋਂ ਮਾਲਕ ਪੜ੍ਹਦਾ ਵੀ ਐਡ ਵੀ ਇਹ ਬੰਦਾ ਰੈਸਟੋਰੈਂਟ ਦੇ ਕੰਮ ਵਾਸਤੇ ਲੱਭਣ ਡਿਆ ਸੀ ਕੰਮ, ਅਤੇ ਇਹਨੇ ਮੇਰੇ ਕੋਲ ਭੇਜ ਦਿੱਤੀ ਆ ਜਿਹੜੀ ਐਡ ਆ, ਉਹ 'ਤੇ ਲਿਖਿਆ ਹੁੰਦਾ ਵੀ ਮੈਂ ਰੈਸਟੋਰੈਂਟ ਦੀ ਹੈਲਪ ਵਾਸਤੇ ਕੰਮ ਲੱਭ ਰਿਹਾ, ਜਿੱਦਾਂ ਐਗਜ਼ਾਮਪਲ ਦੇ ਰਿਹਾ ਮੈਂ ਤੁਹਾਨੂੰ। ਫਿਰ ਮਾਲਕ ਨੂੰ ਹੁੰਦਾ ਵੀ ਨੋ ਇੰਟਰਸਟ ਨਹੀਂ, ਉੱਦਾਂ ਹੀ ਸਾਰੀਆਂ ਥਾਵਾਂ 'ਤੇ ਜਿਹੜੇ ਆ ਆਪਣੀ ਜਿਹੜੀ ਐਡ ਆ ਭੇਜੀ ਜਾਂਦਾ ਵੀ ਸੋਚਦਾ ਕੰਮ ਮਿਲੂਗਾ, ਠੀਕ ਹੈ, ਨਹੀਂ ਤਾਂ ਨਾ ਸੀ। ਇਹਦੇ ਤੋਂ ਇਹ ਲੱਗਦਾ ਮਾਲਕ ਨੂੰ ਵੀ ਇਹਨੂੰ ਇਹਦੇ ਨਾਲ ਸਾਡੀ ਕੰਪਨੀ ਨਾਲ ਜਾਂ ਸਾਡੇ ਨਾਲ ਇੰਟਰਸਟ ਨਹੀਂ ਹੈਗਾ, ਉੱਦਾਂ ਹੀ ਭੇਜੀ ਜਾਂਦਾ, ਠੀਕ ਆ। ਇਹ ਗਲਤੀ ਬਹੁਤ ਸਾਰੀ ਕਰਦੇ, ਗਲਤੀ ਨਹੀਂ ਕਰਨੀ। ਜਦੋਂ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਸੀ ਵੀ ਦਿੰਦੇ ਆ, ਆਪਣੀ ਐਡ ਦਿੰਦੇ ਆ, ਅਤੇ ਕੋਸ਼ਿਸ਼ ਕਰੋ ਤੁਸੀਂ ਐਡਿਟ ਜ਼ਰੂਰ ਕਰੋ ਥੱਲੇ। ਜੇ ਤੁਸੀਂ ਰੈਸਟੋਰੈਂਟ 'ਤੇ ਦਿੱਤੀ, ਜਿੱਥੇ ਰੈਸਟੋਰੈਂਟ ਦਾ ਲਿਖਿਆ ਹੈਲਪ ਵਾਸਤੇ, ਉੱਥੇ ਲਿਖੋ ਫੈਕਟਰੀ ਦੀ ਹੈਲਪ ਵਾਸਤੇ ਵੀ ਅਸੀਂ ਲੱਭ ਰਹੇ ਹਾਂ ਕੰਮ। ਜਾਂ ਤੁਸੀਂ ਇੱਥੇ ਲਾ ਲਓ ਵੀ ਕਿਸੇ ਫੈਸ਼ਨ ਸ਼ੋਪ 'ਤੇ ਲੱਗਣਾ, ਉੱਥੇ ਥੱਲੇ ਲਿਖੋ ਐਜ਼ ਏ ਫੈਸ਼ਨ ਸ਼ੋਪ ਦੀ ਹੈਲਪ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਜਿਹੜਾ ਲੱਭ ਰਹੇ ਹਾਂ। ਇਹ ਜ਼ਰੂਰ ਐਡਿਟ ਕਰੋ, ਕਿਉਂਕਿ ਇਹ ਕਾਫੀ ਜਾਣੇ ਗਲਤੀ ਕਰ ਲੈਂਦੇ। ਹੁਣ ਆਪਾਂ ਕਰਦੇ ਹਾਂ ਅੱਗੇ ਸ਼ੁਰੂ ਵੀਡੀਓ। ਜਦੋਂ ਤੁਸੀਂ ਇੱਦਾਂ ਕਾਫੀ ਪਰਸਨਲ ਜਿਹੜੀਆਂ ਤੁਸੀਂ ਸੀਵੀਸ ਦਊਂਗੇ, ਉੱਥੇ ਜਾ ਕੇ ਮਾਲਕ ਨੂੰ ਐਡਾਂ ਦਊਂਗੇ, ਮੰਨ ਲਓ ਤੁਸੀਂ 10, 15, 20 ਜਿੰਨੀਆਂ ਵੀ ਤੁਸੀਂ ਐਡਾਂ ਦੇ ਆਏ ਮਾਲਕ ਦੇ, ਆ ਕੇ ਤੁਸੀਂ ਘਰ ਆਓ, ਘਰ ਜਾ ਕੇ ਫਿਰ ਔਨਲਾਈਨ ਇਹ ਜਿਹੜੀਆਂ ਬਹੁਤ ਸਾਰੀਆਂ ਵੈਬਸਾਈਟਾਂ ਨੇ, ਵੈਬਸਾਈਟਾਂ ਦੇ ਉੱਤੇ ਤੁਸੀਂ ਬੈਠੋ, ਉੱਥੇ ਲਿਖਿਆ ਹੁੰਦਾ ਕਿੰਨੇ ਕਿਲੋਮੀਟਰ 'ਤੇ ਤੁਸੀਂ ਲੱਭ ਰਹੇ, ਕਿਲੋਮੀਟਰ ਭਰੋ, ਉਹ ਤੋਂ ਬਾਅਦ 'ਚ ਤੁਸੀਂ ਭਰੋ ਵੀ ਕਿਹੜੀ
ਔਨਲਾਈਨ ਵੀ ਸੈਂਡ ਕਰੋ, ਤੁਸੀਂ ਪਰਸਨਲ ਵੀ ਜਾਓ ਮਾਲਕਾਂ ਦੇ ਕੋਲ ਅਤੇ ਉਹਨਾਂ ਨੂੰ ਦੇ ਕੇ ਆਓ, ਠੀਕ ਹੈ। ਅਤੇ ਉਹਨਾਂ 'ਚ ਹੁੰਦਾ ਵੀ ਤੁਸੀਂ 20-25 ਭੇਜੀਆਂ, 20-25 'ਚੋਂ ਹੋ ਸਕਦਾ ਵੀ 4-5 ਦਾ ਇੰਟਰਸਟ ਬਣਿਆ ਤੁਹਾਡੇ ਨਾਲ, ਉਹ ਕਹਿਣ ਵੀ ਹਾਂ ਕਿ ਆ ਕੇ ਅਤੇ ਸਾਨੂੰ ਮਿਲ। ਜਦੋਂ ਤੁਸੀਂ ਜਾ ਕੇ ਉਹਨੂੰ ਮਿਲੋਗੇ ਤਾਂ ਤੁਹਾਡਾ ਜਿਹੜਾ ਉਹਨਾਂ ਦਾ ਜਿਹੜਾ ਚਾਂਸ ਜਿਹੜਾ ਤੁਹਾਡਾ ਕੰਮ ਦਾ ਜਿਹੜਾ ਵੱਧ ਜਾਂਦਾ, ਠੀਕ ਹੈ। ਮਾਲਕਾਂ ਨੂੰ ਹੁੰਦਾ ਵੀ ਹਾਂ ਵੀ ਇਹਦਾ ਇੰਟਰਸਟ ਆ ਅਤੇ ਇਹਨਾਂ ਗੱਲ ਕੀਤੀ, ਮਾਲਕ ਗੱਲ ਕਰਨਗੇ ਤੁਹਾਡੇ ਨਾਲ ਅਤੇ ਤੁਹਾਨੂੰ ਜਿਹੜੀ ਜੋਬਸ ਮਿਲ ਜਾਂਦੀ। ਦੂਜੀ ਟਿਪਸ ਹੈ, ਮੈਂ ਇਹ ਗੱਲ ਕਰਦਾ, ਜਦੋਂ ਤੁਸੀਂ ਮਾਰਕੀਟ ਦੇ ਵਿੱਚ ਬਾਜ਼ਾਰ 'ਚ ਜਾਂ ਕਿਤੇ ਵੀ ਜਾਂਦੇ ਆ, ਕੋਸ਼ਿਸ਼ ਇਹ ਕਰੋ ਵੀ ਜਿਹੜੇ ਸ਼ੋਪਸ ਦੇ ਬਾਹਰ ਉਹਨਾਂ ਨੇ ਲਿਖ ਕੇ ਲਾਇਆ ਹੁੰਦਾ ਵੀ ਸਾਨੂੰ ਇਹ ਬੰਦਾ ਚਾਹੀਦਾ ਕੰਮ ਵਾਸਤੇ, ਇਹ ਚਾਹੀਦਾ, ਅਤੇ ਤੁਸੀਂ ਉੱਥੇ ਦੇਖੋ। ਇਹ ਨਾ ਸੋਚੋ ਮੈਂ ਫੋਟੋ ਖਿੱਚ ਲਈ, ਮੈਂ ਘਰ ਲੈ ਜਾਂਦਾ, ਜਿੱਦਣ ਮੇਰਾ ਟਾਈਮ ਹੋਊਗਾ ਅਤੇ ਮੈਂ ਉੱਦਣ ਜਾ ਕੇ ਅਤੇ ਇਹਨਾਂ ਨੂੰ ਸੈਂਡ ਕਰ ਦੂੰਗਾ ਔਨਲਾਈਨ, ਜਾਂ ਇਹਨਾਂ ਦੇ ਪਰਸਨਲ ਦੇ ਦੂੰ। ਨਹੀਂ, ਫਿਰ ਇਹ ਹੁੰਦਾ ਵੀ ਉਸੇ ਵੇਲੇ ਮਾਲਕ ਨੂੰ ਬੰਦਾ ਚਾਹੀਦਾ, ਤੁਸੀਂ ਕੋਸ਼ਿਸ਼ ਕਰੋ ਉਸੇ ਵੇਲੇ ਅੰਦਰ ਚੱਲ ਜਾਓ, ਗੱਲ ਕਰੋ, ਜੋ ਵੀ ਮੌਕੇ ਦਾ ਅੰਦਰ ਮਾਲਕ ਆ ਜਾਂ ਕੋਈ ਵੀ ਆ ਵਰਕਰ ਆ, ਉਹਨਾਂ ਨਾਲ ਗੱਲ ਕਰੋ ਵੀ ਅਸੀਂ ਆ ਬਾਹਰ ਤੁਹਾਡੀ ਐਡ ਪੜ੍ਹੀ, ਅਸੀਂ ਅੰਦਰ ਆਏ ਹਾਂ, ਅਸੀਂ ਕੰਮ ਲੱਭਣਾ। ਉਹਦੇ 'ਚ ਹੁੰਦਾ ਵੀ ਉਸੇ ਵੇਲੇ ਕਈ ਮਾਲਕ ਲੱਭਦਾ ਅਤੇ ਤੁਹਾਨੂੰ ਹੋ ਸਕਦਾ ਉਸੇ ਵੇਲੇ ਉਹ ਕਵੇ ਵੀ ਹਾਂ ਵੀ ਤੂੰ ਸਵੇਰ ਨੂੰ ਜੋਬ ਸ਼ੁਰੂ ਕਰ ਲੈ। ਇਹੋ ਜਿਹੇ ਵੀ ਚਾਂਸ ਹੁੰਦੇ ਨੇ ਕਈ ਵਾਰੀ, ਉਹ ਕਹਿੰਦੇ ਵੀ ਹਾਂ ਵੀ ਤੁਸੀਂ ਹੁਣੇ ਕੰਮ ਸ਼ੁਰੂ ਕਰ ਸਕਦੇ ਹੋ। ਇਹੋ ਜਿਹੇ ਚਾਂਸ ਜਿਹੜੇ ਆ ਤੁਸੀਂ ਉਹ ਇਹ ਤਾਂ ਹੀ ਲੈ ਸਕਦੇ ਆ ਜੇ ਤੁਸੀਂ ਕੋਸ਼ਿਸ਼ ਕਰੋਗੇ, ਵੱਧ ਤੋਂ ਵੱਧ ਸ਼ੇਅਰ ਕਰੋ ਔਨਲਾਈਨ, ਵੱਧ ਤੋਂ ਵੱਧ ਤੁਸੀਂ ਜਾ ਕੇ ਪਰਸਨਲ ਮਿਲੋ ਮਾਲਕਾਂ ਨੂੰ, ਅਤੇ ਤੁਸੀਂ ਜੇ ਬਾਹਰ ਸ਼ੋਪ 'ਤੇ ਲਿਖਿਆ ਉਹਨਾਂ ਨੂੰ ਵੀ ਉਸੇ ਵੇਲੇ ਰਿਸਪੋਂਸ ਦਿਓ ਉਸੇ ਵੇਲੇ, ਅਤੇ ਉਹਦੇ ਨਾਲ ਤੁਹਾਡੇ ਜਿਹੜੇ ਬਹੁਤ ਜ਼ਿਆਦਾ ਚਾਂਸ ਵੱਧ ਜਾਂਦੇ। ਜਿਨ੍ਹਾਂ ਨੂੰ ਲੈਂਗੁਏਜ ਨਹੀਂ ਆਉਂਦੀ ਉਹਨਾਂ ਵਾਸਤੇ ਵੀ ਮੈਂ ਤੁਹਾਨੂੰ ਦੱਸਦਾ ਟਿਪਸ, ਜਿੱਦਾਂ ਲਾ ਲਓ ਤੁਸੀਂ ਰੈਸਟੋਰੈਂਟ, ਬਰਗਰ ਲਾਈਨ ਜਾਂ ਪੀਜ਼ਾ ਲਾਈਨ ਜਾਂ ਕੋਈ ਵੀ ਸ਼ੋਪ ਨੇ, ਤੁਸੀਂ ਪਰਸਨਲ ਜਾਓ ਉਹਨਾਂ ਨੂੰ ਮਿਲੋ ਵੀ ਸਾਨੂੰ ਕੰਮ ਨਹੀਂ ਆਉਂਦਾ ਪਰ ਅਸੀਂ ਜਿਹੜਾ ਹੈਲਪ ਦਾ ਕੰਮ ਲੱਭ ਰਹੇ ਨੇ। ਤੁਹਾਨੂੰ ਬਹੁਤ ਸਾਰੇ ਜਿਹੜੇ ਕੰਮ ਨੇ ਇਹੋ ਜਿਹੇ ਲੱਭ ਜਾਂਦੇ ਜਿਹੜੇ ਹੈਲਪ ਵਾਸਤੇ ਨੇ ਇੱਥੇ, ਜਿੱਦਾਂ ਕਾਫੀ ਇੱਥੇ ਸ਼ੋਪਸ ਨੇ ਜਿਹੜੀਆਂ ਉਹ ਹੈਲਪ ਵਾਸਤੇ ਜਿਹੜੇ ਲੱਭਦੇ, ਤੁਹਾਨੂੰ ਇੰਨੀ ਲੈਂਗੁਏਜ ਦੀ ਲੋੜ ਨਹੀਂ ਪੈਂਦੀ। ਤੁਸੀਂ ਜਿੰਨੀ ਵੱਧ ਤੋਂ ਵੱਧ ਕੋਸ਼ਿਸ਼ ਕਰੋਗੇ, ਜਰਮਨ ਦੇ ਵਿੱਚ ਇੰਨਾ ਕੁ ਕੰਮ ਆ ਜੇ ਤੁਸੀਂ ਕਰਨਾ ਚਾਹੋ, ਇਹੋ ਜਿਹੇ ਵੀ ਇੱਥੇ ਹੈਗੇ ਨੇ ਜਿਹੜੇ ਦੋ ਦੋ ਕੰਮ ਕਰਦੇ ਪਏ ਨੇ ਜਰਮਨ ਦੇ ਵਿੱਚ, ਠੀਕ ਆ, ਅਤੇ ਤੁਸੀਂ ਦੋ ਜੋਬਸ ਵੀ ਇਕੱਠੀਆਂ ਕਰ ਸਕਦੇ ਨੇ। ਕਾਫੀ ਕੰਮ ਆ ਤੁਹਾਡੇ 'ਤੇ, ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕੁ ਆਪਣੀ ਕੋਸ਼ਿਸ਼ ਕਰਦੇ। ਇਹ ਨਾ ਸੋਚੋ ਵੀ ਤੁਸੀਂ ਇੱਕ ਦੋ ਭੇਜ ਦਿੱਤੀਆਂ ਔਨਲਾਈਨ ਐਡਸ ਜਾਂ ਤੁਸੀਂ ਪਰਸਨਲ ਦੇ ਆ ਇੱਕ ਦੋ ਐਡ ਤੁਹਾਨੂੰ ਜਵਾਬ ਆਜੂਗਾ, ਨਹੀਂ, ਉਹਨਾਂ 'ਚ ਹੋ ਸਕਦਾ ਜੇ 5 ਭੇਜੀਆਂ 5 ਹੀ ਨਾ ਕਰਦੇ ਨੇ। ਇਸੇ ਕਰਕੇ ਕੋਸ਼ਿਸ਼ ਇਹ ਕਰੋ ਔਨਲਾਈਨ ਸੈਂਡ ਕਰੋ, ਪਰਸਨਲ ਜਾਓ ਅਤੇ ਵੱਧ ਤੋਂ ਵੱਧ ਜਿੰਨੇ ਕੰਟੈਕਟ ਤੁਸੀਂ ਕਰ ਸਕਦੇ ਉਹਨਾਂ ਨਾਲ ਕਰੋ। ਜੇ ਤੁਹਾਨੂੰ ਕੋਈ ਫਰੈਂਡ ਜਾਣਦਾ ਉਹਨਾਂ ਕੰਟੈਕਟ ਕਰੋ, ਵੀ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਕੰਮ ਲੱਭੋਗੇ ਇਸ ਤਰੀਕੇ ਦੇ ਨਾਲ, ਤੁਹਾਨੂੰ ਹੋ ਸਕਦਾ 30-40-50 ਜਾਣਿਆਂ 'ਚੋਂ ਜਿਹੜੇ 5 ਜਾਣੇ ਤੁਹਾਨੂੰ ਹਾਂ ਕਰਨ, ਤੁਸੀਂ ਜਾ ਕੇ ਕੰਟੈਕਟ ਕਰੋ ਮਾਲਕ ਨਾਲ, ਮਿਲੋ ਅਤੇ ਮਾਲਕ ਕਹੂਗਾ ਵੀ ਹਾਂ ਵੀ ਤੂੰ ਵੀ ਹੁਣ ਤੂੰ ਕੰਮ ਸ਼ੁਰੂ ਕਰ ਸਕਦਾ। ਇਸ ਕਰਕੇ ਜਿਹੜੀਆਂ ਮੇਰੀਆਂ ਟਿਪਸ ਨੇ, ਕਿਉਂਕਿ ਮੇਰਾ ਐਕਸਪੀਰੀਅੰਸ ਆ, ਮੈਨੂੰ ਕਾਫੀ ਟਾਈਮ ਹੋ ਗਿਆ ਜਰਮਨ ਦੇ ਵਿੱਚ, ਜੋ ਇੱਥੇ ਦੀ ਸਿਚੁਏਸ਼ਨ ਹੈ ਮੈਂ ਤੁਹਾਨੂੰ ਉਹੀ ਦੱਸੀ ਆ, ਵੀ ਇੱਥੇ ਇਸ ਤਰ੍ਹਾਂ ਦੇ ਜਿਹੜੇ ਤਰੀਕੇ ਨੇ ਉਹ ਬਹੁਤ ਕੰਮ ਆਉਂਦੇ ਨੇ, ਤੁਸੀਂ ਬਹੁਤ ਹੀ ਛੇਤੀ ਫਾਸਟ ਤਰੀਕੇ ਦੇ ਨਾਲ ਜਰਮਨ ਦੇ ਵਿੱਚ ਜਿਹੜੀ ਜੋਬ ਲੱਭ ਸਕਦੇ ਆ। ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਕੋਈ ਲੈਂਗੁਏਜ ਦੀ ਪ੍ਰੋਬਲਮ ਨਹੀਂ, ਕੁਛ ਨਹੀਂ ਪ੍ਰੋਬਲਮ ਤੁਹਾਡੀ, ਸਿਰਫ ਇਹ ਕੋਸ਼ਿਸ਼ ਹੈ ਇੱਕ ਵੀ ਕਿਹੜੀ ਕੋਸ਼ਿਸ਼ ਨਾਲ ਤੁਸੀਂ ਆਪਣੀ ਜੋਬ ਲੱਭਦੇ, ਠੀਕ ਆ। ਹੁਣ ਮੇਰੀ ਹੋ ਸਕਦਾ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਮੈਨੂੰ ਆਪਣੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਹਾਨੂੰ ਮੇਰੀਆਂ ਟਿਪਸ ਕਿਹੋ ਜਿਹੀਆਂ ਲੱਗੀਆਂ, ਅਤੇ ਫਿਰ ਆਪਾਂ ਹੁਣ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਥੈਂਕ ਯੂ।